ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਰਾਜਪੁਰਾ ਦਮਦਮੀ ਟਕਸਾਲ ਮੁਖੀ ਬਰਜਿੰਦਰ ਸਿੰਘ ਪਰਵਾਨਾ, ਜਿਹਨਾਂ ਦੇ ਉੱਤੇ ਇੱਕ ਨਿੱਜੀ ਚੈਨਲ ਵੱਲੋਂ ਇਹ ਦੋਸ਼ ਲਗਾਏ ਗਏ ਕਿ ਉਹ ਖਾਲਿਸਤਾਨੀ ਗਤੀਵਿਧੀਆਂ ਵਿੱਚ ਸ਼ਾਮਿਲ ਨੇ, ਉਹ ਇੱਕ ਅੱਤਵਾਦੀ ਨੇ। ਇੱਕ ਨਿੱਜੀ ਚੈਨਲ ਦੇ ਉੱਤੇ ਇਹ ਖਬਰ ਨਸ਼ਰ ਹੁੰਦਿਆਂ ਹੀ ਬਰਜਿੰਦਰ ਸਿੰਘ ਪਰਵਾਨਾ ਨੇ DSP ਸਾਹਿਬ ਨੂੰ ਦਰਖਾਸਤ ਦਿੱਤੀ ਅਤੇ ਚੈਨਲ ਦੇ ਖਿਲਾਫ ਕੜੀ ਤੋਂ ਕੜੀ ਕਾਰਵਾਈ ਕਰਨ ਦੀ ਗੁਹਾਰ ਲਗਾਈ ਅਤੇ ਨਾਲ ਹੀ ਕਿਹਾ ਕਿ ਅਗਰ ਵੀਡੀਓਜ਼ ਦੇ ਵਿੱਚ ਨਿਊਜ਼ ਚੈਨਲਸ ਵੱਲੋਂ ਖਬਰਾਂ ਦੇ ਵਿੱਚ ਸਾਨੂੰ ਅੱਤਵਾਦੀ ਨਸ਼ਰ ਕਰ ਹੀ ਦਿੱਤਾ ਗਿਆ ਹੈ ਤਾਂ ਕੱਲ੍ਹ ਨੂੰ ਉਹ ਵੀ ਦਿਨ ਦੂਰ ਨਹੀਂ ਹੋਵੇਗਾ ਜਦ ਸਾਡੇ ਉੱਤੇ ਝੂਠੇ ਪਰਚੇ ਵੀ ਦਰਜ ਹੋ ਸਕਦੇ ਨੇ, ਜਿਸ ਦੇ ਚੱਲਦਿਆਂ ਉਹਨਾਂ ਨੇ DSP ਸਾਹਿਬ ਤੋਂ ਸਿਕਿਉਰਿਟੀ ਦੀ ਵੀ ਮੰਗ ਕੀਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜੀ ਅੱਜ ਮੈਂ DSP ਸਾਹਿਬ ਕੋਲ ਮੈਂ ਪਹੁੰਚਿਆ, ਉਹਦਾ ਕਾਰਨ ਇਹ ਕਿ ਇੱਕ ਸਾਲ ਪਹਿਲਾਂ ਜੀ ਪੰਜਾਬ ਹਿਮਾਚਲ ਅਤੇ ਹਰਿਆਣਾ ਚੈਨਲ ਵੱਲੋਂ ਮੇਰੀ ਇੱਕ ਵੀਡੀਓ ਜਾਰੀ ਕੀਤੀ ਗਈ ਸੀ ਵਿਵਾਦਿਤ, ਜਿਹਦੇ ਵਿੱਚ ਮੈਨੂੰ ਉਹਨਾਂ ਨੇ ਅੱਤਵਾਦੀ ਘੋਸ਼ਿਤ ਕਰ ਦਿੱਤਾ ਸੀ ਕਿ ਇਹਦਾ ਜਿਹੜਾ ਸੰਬੰਧ ਹੈ ISI ਸਰਗਣੇ ਦੇ ਨਾਲ ਹੈ ਅਤੇ ਜਿਹੜੀਆਂ ਪੰਥ ਦੇਸ਼ ਦੀ ਤਾਕਤਾਂ ਕਨੇਡਾ ਅਮਰੀਕਾ ਯੂਰਪ 'ਚ ਬੈਠੀਆਂ ਨੇ ਉਹਨਾਂ ਨਾਲ ਇਹ ਸੰਬੰਧ ਨੇ ਅਤੇ ਇਹ ਬੰਦਾ ਜਿਹੜਾ ਪਾਕਿਸਤਾਨ 'ਚ ਰਹਿੰਦਾ ਜਾਂ ਕਨੇਡਾ ਦੀ ਧਰਤੀ 'ਤੇ ਰਹਿੰਦਾ। ਸੋ ਉਦੋਂ ਅਸੀਂ ਚੁੱਪ ਕਰਕੇ ਚਲੋ ਦੇਖਦੇ ਹਾਂ, ਕੁਛ ਨਹੀਂ ਹੋਇਆ ਅਤੇ ਹੁਣ ਫਿਰ ਦੁਬਾਰਾ ਉਹਨਾਂ ਨੇ ਮੇਰੀ ਵੀਡੀਓ ਜਿਹੜੀ ਹੈ 22 ਤਰੀਕ ਨੂੰ ਉਹਨਾਂ ਨੇ ਸਵੇਰੇ ਖਬਰਾਂ ਵਿੱਚ ਚਲਾਈ ਹੈ ਅਤੇ ਇੱਕ ਇੱਕ ਘੰਟੇ ਦੇ ਐਪੀਸੋਡ ਜਿਹੜੇ ਨੇ ਉਹਨਾਂ ਦੇ ਚੈਨਲਾਂ ਵਿੱਚ ਮੇਰੇ ਬਣੇ ਹੋਏ ਨੇ, ਜਿਹਦੇ ਵਿੱਚ ਮੈਨੂੰ ਕਹਿ ਰਹੇ ਨੇ ਕਿ ਵਿਦੇਸ਼ ਵਿੱਚ ਬੈਠੇ, ਜਦਕਿ ਮੈਂ ਪਿਛਲੇ 1.5 ਸਾਲ ਤੋਂ ਵਿਦੇਸ਼ ਨਹੀਂ ਗਿਆ। ਮੈਂ ਸਮਾਜ ਸੇਵੀ ਹਾਂ, ਸਮਾਜ ਵਿੱਚ ਰਹਿੰਦਾ, 150 ਭੈਣਾਂ ਦਾ ਰਾਸ਼ਨ ਸਾਡੇ ਸੰਸਥਾ ਵੱਲੋਂ ਜਾਂਦਾ, 250 ਬੱਚਿਆਂ ਦੀ ਫੀਸ ਸਾਡੇ ਸਮਾਜ ਵੱਲੋਂ ਜਾਂਦੀ ਹੈ। ਇਸ ਤੋਂ ਇਲਾਵਾ ਹਰੇਕ ਮਹੀਨੇ ਸਰਕਾਰੀ ਸਕੂਲਾਂ ਵਿੱਚ ਅਸੀਂ ਚੈਰਿਟੀ ਕਰਦੇ ਹਾਂ, ਗਰੀਬਾਂ ਨੂੰ ਮੈਡੀਸਨ ਵਾਸਤੇ ਅਤੇ ਓਪਰੇਸ਼ਨਾਂ 'ਚ ਅਸੀਂ ਸਹਾਇਤਾ ਕਰਦੇ ਹਾਂ। ਜੇ ਇਹ ਕੰਮ ਕਰਕੇ ਵੀ ਚੈਨਲਾਂ ਵੱਲੋਂ ਸਾਨੂੰ ਆਤੰਕਵਾਦੀ ਦਾ ਧੱਪਾ ਲਾਇਆ ਜਾਂਦਾ ਅਤੇ ਫਿਰ ਸਾਡਾ ਸਮਾਜ ਰਹਿਣ ਦਾ ਫਾਇਦਾ ਕੀ ਹੈ? ਤੁਸੀਂ ਕੀ ਸ਼ਿਕਾਇਤ ਕੀਤੀ ਹੈ? ਸ਼ਿਕਾਇਤ ਸਰ ਅਸੀਂ ਇਹ ਕੀਤੀ ਹੈ ਕਿ ਜੇ ਤਾਂ ਮੈਂ ਅੱਤਵਾਦੀ ਹਾਂ, ਮੈਂ DSP ਸਰ ਨੂੰ ਇਹੀ ਕਿਹਾ, ਜੇ ਤਾਂ ਮੈਂ ਅੱਤਵਾਦੀ ਹਾਂ, ਇਹਦੀ ਵੀਡੀਓ ਦੀ ਤਫਤੀਸ਼ ਕਰਕੇ ਮੈਨੂੰ ਫਿਰ ਹੱਥਕੜੀਆਂ ਲਾ ਲਈਆਂ ਜਾਣ, ਕਿਉਂਕਿ ਜੇ ਇੱਦਾਂ ਹੀ ਸਾਨੂੰ ਚੈਨਲ ਟੋਰਚਰ ਕਰਦੇ ਰਹੇ ਤਾਂ ਫਿਰ ਆਉਣ ਵਾਲੇ ਸਮੇਂ 'ਚ ਅਸੀਂ ਹਥਿਆਰ 'ਚ ਸਾਡੇ ਵਰਗੇ ਚੁੱਕਦੇ ਨੇ ਅਤੇ ਮਜਬੂਰੀ ਦੇ ਬਸ ਇੱਦਾਂ ਹੀ ਚੁੱਕਦੇ ਨੇ ਕਿਉਂਕਿ ਸਾਨੂੰ ਟੋਰਚਰ ਕੀਤਾ ਜਾਂਦਾ। ਅਤੇ ਇਸ ਸਮੇਂ ਉਹਦੇ ਵੱਲੋਂ ਚੈਨਲ ਵੱਲੋਂ ਮੈਨੂੰ ਮਤਲਬ ਅੱਤਵਾਦੀ ਘੋਸ਼ਿਤ ਕਰ ਦਿੱਤਾ ਗਿਆ ਅਤੇ ਮੈਂ ਇਹ ਬੇਨਤੀ ਕਰਾਂਗਾ ਕਿ ਮੇਰੀ ਹੁਣ ਜਾਨ ਨੂੰ ਖਤਰਾ ਹੈ, ਮੇਰੇ ਪਰਿਵਾਰ ਨੂੰ ਵੀ ਖਤਰਾ ਹੈ, ਕਿਉਂਕਿ ਮੈਨੂੰ ISI ਨਾਲ ਜੋੜ ਦਿੱਤਾ ਅਤੇ ਮੈਨੂੰ ਹੁਣ ਕਿਸੇ ਵੇਲੇ ਵੀ ਮੇਰੇ 'ਤੇ ਸਰੀਰ 'ਤੇ ਵੀ ਹਮਲਾ ਹੋ ਸਕਦਾ ਅਤੇ ਮੈਂ DSP ਸਾਹਿਬ ਨੇ ਕੀਤੀ ਕਿ ਮੈਨੂੰ ਸਕਿਉਰਿਟੀ ਵੀ ਦਿੱਤੀ ਜਾਏ ਅਤੇ ਮੈਨੂੰ ਨਾਲ ਜਿਹੜੀ ਸੁਰੱਖਿਆ ਦਿੱਤੀ ਜਾਏ ਤਾਂ ਕਿ ਮੈਂ ਆਪਣੇ ਪਰਿਵਾਰ ਦੀ ਹਿਫਾਜ਼ਤ ਕਰ ਸਕਾਂ, ਮੈਂ ਆਪਣੀ ਹਿਫਾਜ਼ਤ ਕਰ ਸਕਾਂ। ਤੁਸੀਂ ਆਪਣੇ ਵੱਲੋਂ ਕੋਈ ਨਿੱਜੀ ਚੈਨਲ ਨਿੱਜੀ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਨਿੱਜੀ ਚੈਨਲ ਸੀ DSP ਸਾਹਿਬ ਦਿੱਤੀ ਹੈ, ਇਸ ਤੋਂ ਬਾਅਦ ਸਾਨੂੰ ਹੋਰ ਵੀ ਕਿਤੇ ਗ੍ਰਹਿ ਮੰਤਰਾਲੇ ਤੱਕ ਵੀ ਜਾਣਾ ਪਿਆ, ਸਰਕਾਰਾਂ ਤੱਕ ਵੀ ਜਾਣਾ ਪਿਆ, ਅਸੀਂ ਉੱਥੇ ਪਹੁੰਚ ਕੇ ਅਸੀਂ ਚੈਨਲ 'ਤੇ ਬਣਦੀ ਸਖਤ ਤੋਂ ਸਖਤ ਕਾਰਵਾਈ ਜਿਹੜੀ ਕਰਵਾਵਾਂਗੇ। ਪਰਵਾਨਾ ਜੀ, ਤੁਸੀਂ ਇੱਕ ਸਾਲ ਪਹਿਲਾਂ ਤੁਸੀਂ ਕਿਹਾ ਵੀ ਹੋਈ ਸੀ ਕਾਰਵਾਈ ਚਲੀ ਸੀ, ਪਹਿਲਾਂ ਕਾਰਵਾਈ ਕਰਵਾਈ ਸੀ ਕੋਈ ਇਸ ਤਰ੍ਹਾਂ ਦੀ? ਨਹੀਂ ਜੀ, ਇੱਕ ਸਾਲ ਪਹਿਲਾਂ ਅਸੀਂ ਕਾਰਵਾਈ ਕਰਵਾਉਣ ਲੱਗੇ ਸੀ, ਪਰ ਕੁਝ ਸੱਜਣਾ ਮਿੱਤਰਾਂ ਨੇ ਕਿਹਾ ਕਿ ਚਲੋ ਚੈਨਲ ਨੇ ਕਿਤੇ ਗਲਤੀ ਤਾਂ ਚਲਾਤੀ, ਆਪਾਂ ਚਲੋ ਨਹੀਂ ਕਰਦੇ ਅਤੇ ਅਸੀਂ ਵੀ ਚੁੱਪ ਕਰਕੇ ਕਿ ਕਾਹਨੂੰ ਰੋਲਾ ਪਾਉਣਾ, ਚਲੋ ਜੇ ਗੱਲ ਦੱਬੀ ਜਾਂਦੀ ਹੈ। ਪਰ ਜਦੋਂ ਹੁਣ ਵਾਰ ਵਾਰ ਚਲਾਈ ਜਾ ਰਿਹਾ ਅਤੇ ਮੇਰੇ ਚਿਹਰੇ ਉਹਨਾਂ ਨੇ ਅੱਤਵਾਦੀ ਹੁਣ ਆਖਰੀ ਟਾਈਮ ਕਿਸ ਟਾਈਮ ਚੱਲੀ ਹੈ? ਕੱਲ੍ਹ ਤਰੀਕ ਜੀ 22 ਤਰੀਕ ਨੂੰ ਸਵੇਰੇ ਚੱਲੀ ਹੈ ਜੀ ਵੀਡੀਓ, ਉਹ ਮੈਂ ਸਾਰੇ ਸਬੂਤ DSP ਸਾਹਿਬ ਦੇ ਦਿੱਤੇ ਨੇ। ਉਹਨੇ ਕੋਈ ਅੱਤਵਾਦੀ ਪ੍ਰੂਫ ਕੀਤਾ ਵੀ ਕਿਹੜੇ ਹਿਸਾਬ ਦਾ ਤੁਹਾਨੂੰ ਉਹਨਾਂ ਕੋਲ ਕੋਈ ਪ੍ਰੂਫ ਹੋਵੇ ਤਾਂ ਸਾਨੂੰ ਦੇ ਦੇ। ਤਰੀਕ ਜੀ 22 ਤਰੀਕ ਨੂੰ ਸਵੇਰੇ ਚੱਲੀ ਹੈ ਜੀ ਵੀਡੀਓ, ਉਹ ਮੈਂ ਸਾਰੇ ਸਬੂਤ DSP ਸਾਹਿਬ ਦੇ ਦਿੱਤੇ ਨੇ। ਉਹਨੇ ਕੋਈ ਅੱਤਵਾਦੀ ਪ੍ਰੂਫ ਕੀਤਾ ਵੀ ਕਿਹੜੇ ਹਿਸਾਬ ਦਾ ਤੁਹਾਨੂੰ ਉਹਨਾਂ ਕੋਲ ਕੋਈ ਪ੍ਰੂਫ ਹੋਵੇ ਤਾਂ ਸਾਨੂੰ ਦੇ ਦੇਣ ਜੀ, ਉਹ ਤਾਂ ਅੱਤ ਸਿੱਧਾ ਕਹਿਣਗੇ ਅੱਤਵਾਦੀ ਨਾਲ ਸੰਬੰਧ ਨੇ, ਜਿਹੜੇ ਸੰਬੰਧ ਨੇ ਫਿਰ ਅਸੀਂ ਵੀ ਅੱਤਵਾਦੀ ਹੋਏ।
ਜਿਹੜੀ ਵੀਡੀਓ ਉਹ ਚੈਨਲ ਨਾਲ ਤੁਸੀਂ ਜਾ ਕੇ ਸੰਪਰਕ ਕਰੋ, ਚੈਨਲ ਨੂੰ ਪੁੱਛੋ ਵੀ ਪਰੂਫ ਦਿਓ ਕਿ ਤੁਹਾਡੇ ਕੋਲ ਕਿਹੜੇ ਪਰੂਫ ਨੇ ਜਿਹਦੇ ਨਾਲ ਤੁਹਾਡੇ ਕੋਲ ਕਿਹੜਾ ਫੀਤਾ ਜਿਹਦੇ ਨਾਲ ਚੈਨਲਾਂ 'ਤੇ ਜਿਹੜੇ ਐਂਕਰ ਨੇ ਜਿਹੜੇ ਭੌਂਕ ਰਹੇ ਨੇ, ਮੈਂ ਭੌਂਕਣਾ ਹੀ ਕਹਾਂਗਾ ਨਾ ਉਹਨਾਂ ਐਂਕਰਾਂ ਨੂੰ ਕਿ ਉਹਨਾਂ ਨੂੰ ਕਿਹੜਾ ਫੀਤਾ ਕਿ ਜਿਹਦੇ ਨਾਲ ਉਹਨਾਂ ਨੇ ਮਾਪ ਲਿਆ ਕਿ ਮੈਂ ਆਤੰਕਵਾਦੀ ਹੈ ਜੀ। ਮੈਂ ਇੱਕ ਦਮਦਮੀ ਟਕਸਾਲ ਨਾਲ ਸੰਬੰਧ ਰੱਖਣ ਵਾਲਾ ਚਿਹਰਾ ਅਤੇ ਦਮਦਮੀ ਟਕਸਾਲ ਯੋਧਿਆਂ ਦੀ ਟਕਸਾਲ ਹੈ, ਸੂਰਮਿਆਂ ਦੀ ਟਕਸਾਲ ਹੈ, ਪ੍ਰਚਾਰਕਾਂ ਦੀ ਟਕਸਾਲ ਹੈ ਕਿ ਦਮਦਮੀ ਟਕਸਾਲ ਦੇ ਵਿੱਚ ਜੇ ਅਸੀਂ ਵਿੱਦਿਆ ਪੜ੍ਹ ਲਈ ਅਸੀਂ ਆਤੰਕਵਾਦੀ ਹੋ ਗਏ। ਅਤੇ ਇੱਕ ਜਿਹੜਾ ਇੱਕ ਘੰਟੇ ਤੁਸੀਂ ਕਹਿੰਦੇ ਐਪੀਸੋਡ ਦਿਖਾਇਆ ਗਿਆ, ਉਹਦੇ ਵਿੱਚ ਕੀ ਦਿਖਾਇਆ ਗਿਆ? ਉਸ ਵਾਰ ਵਾਰ ਇੱਕੋ ਗੱਲ ਇਹੀ ਕਹੀ ਜਾਂਦੀ ਹੈ ਕਿ ਇਹ ਜਿਹੜੀਆਂ ਪੰਥ ਵਿਰੋਧੀ ਤਾਕਤਾਂ ਨੇ, ਦੇਸ਼ ਵਿਰੋਧੀ ਤਾਕਤਾਂ ਨੇ, ਉਹ ਭਾਰਤ ਵਿੱਚ ਆ ਚੁੱਕੀਆਂ ਨੇ ਅਤੇ ਭਾਰਤ ਵਿੱਚ ਆ ਕੇ ਇਹ ਮਤਲਬ ਪੰਜਾਬ ਦਾ ਮਾਹੌਲ ਅਤੇ ਜਿਹੜੇ ਗੈਂਗਸਟਰ ਪਿੱਛੇ ਜੇ ਕਤਲ ਹੋਏ ਨੇ ਉਹਨਾਂ ਨਾਲ ਮੈਨੂੰ ਜੋੜਿਆ ਜਾ ਰਿਹਾ। ਗੈਂਗਸਟਰਾਂ ਦੇ ਨਾਲ ਵੀ ਮੈਨੂੰ ਜੋੜ ਦਿੱਤਾ ਗਿਆ, ਕੱਲ੍ਹ ਦੀ ਨਿਊਜ਼ ਦੇ ਵਿੱਚ ਉਹਨਾਂ ਦੀ ਵੀਡੀਓ ਦਿਖਾਈ ਜਾ ਰਹੀ ਹੈ ਜਿਹੜੇ ਪਿੱਛੇ 6 ਬੰਦੇ ਫੜੇ ਨੇ, 7 ਬੰਦੇ ਫੜੇ ਨੇ, ਜੋਲਰੀ ਫੜੇ ਨੇ, ਉਹਨਾਂ ਨਾਲ ਵੀ ਮੈਨੂੰ ਜੋੜਿਆ ਜਾ ਰਿਹਾ। ਜਦਕਿ ਮੇਰਾ ਕੋਈ ਕ੍ਰਿਮੀਨਲ ਰਿਕਾਰਡ ਅੱਜ ਤੱਕ ਤਾਂ ਹੈ ਹੀ ਨਹੀਂ, ਮੇਰਾ ਕੋਈ ਰਿਪੋਰਟ ਨਹੀਂ, ਮੇਰਾ ਰਿਕਾਰਡ ਕੱਢ ਕੇ ਗੱਲ ਕਹੀ ਹੈ ਵੀ ਉਹਨਾਂ ਨੇ ਵੀ ਕਿਸੇ ਗੈਂਗਸਟਰ ਦਾ ਚਿਹਰਾ ਦਿਖਾਇਆ। ਗੈਂਗਸਟਰ ਚਿਹਰੇ ਬਿਲਕੁਲ ਵੀਡੀਓ ਵਿੱਚ ਦਿਖਾਏ ਜਾ ਰਹੇ, ਮੈਨੂੰ ਨਾਂ ਵੀ ਨਹੀਂ ਪਤਾ ਹੋਣਾ ਜਿਹਨਾਂ ਦੇ ਵੀਡੀਓ ਫੋਟੋ ਦਿਖਾਈ ਜਾ ਰਹੀ, ਮੈਨੂੰ ਉਹਦਾ ਪਤਾ ਵੀ ਨਹੀਂ। ਚੈਨਲ 'ਤੇ ਤੁਹਾਡਾ ਬਾਈ ਨੇਮ ਚੱਲ ਰਿਹਾ ਕਿ ਵੈਸੇ ਫੋਟੋ? ਬਾਈ ਨੇਮ ਨਹੀਂ ਜੀ ਦਾਦੇ, ਮੇਰੀ ਫੋਟੋ ਆ ਰਹੀ ਹੈ, ਮੇਰੀ ਵੀਡੀਓ ਚਲਾ ਰਹੇ, ਮੇਰੀ ਆਵਾਜ਼ ਵੀ ਆ ਰਹੀ ਉਹਦੇ ਵਿੱਚ। ਨਾਮ ਨੂੰ ਆ ਰਿਹਾ ਕੁਛ? ਨਾਮ ਨਹੀਂ ਆ ਰਿਹਾ, ਨਾਮ ਨਹੀਂ ਲੈ ਰਹੇ ਮੇਰਾ। ਨਾਮ ਦੇ ਵਿੱਚ ਲਿਆ? ਹਾਂਜੀ। ਤੁਹਾਨੂੰ ਇਸ ਬਾਰੇ 'ਚ ਫੋਨ ਆਏ ਕੋਈ ਮਤਲਬ? ਜੀ ਮੈਨੂੰ ਕੱਲ੍ਹ ਤਾਂ ਮੈਂ ਪਰੇਸ਼ਾਨ ਬਹੁਤ ਹਾਂ, ਕੱਲ੍ਹ ਤੋਂ ਮੈਨੂੰ ਫੋਨ ਬਹੁਤ ਜ਼ਿਆਦਾ ਆ ਰਹੇ ਨੇ, ਤੁਹਾਡੀ ਵੀਡੀਓ ਆ ਰਹੀ, ਤੁਹਾਨੂੰ ਇੱਦਾਂ ਕੀਤਾ ਜਾ ਰਿਹਾ, ਫਿਰ ਮੈਂ ਮਜਬੂਰ ਨਹੀਂ ਜਾ ਕੇ ਮੈਂ ਪ੍ਰਸ਼ਾਸਨ ਦਾ ਕੁੰਡਾ ਖੜਕਾਇਆ ਕਿ ਮੇਰੀ ਰੱਖਿਆ ਕਰੋ, ਮੇਰੀ ਹੈਲਪ ਕਰੋ। ਠੀਕ ਹੈ, ਤੁਸੀਂ ਆਪਣਾ ਉਸ ਸਮੇਂ ਦੇ ਅਦਾਲਤ 'ਚ ਜਾਏਂਗੇ ਤੁਸੀਂ? ਹਾਂਜੀ, ਸਾਡੀ ਕੋਸ਼ਿਸ਼ ਹੈ ਜੀ ਜੇ ਕੋਈ ਸਾਨੂੰ DSP ਸਾਹਿਬ ਦੇ ਭਰੋਸਾ ਹੈ ਕਾਰਵਾਈ ਕਰਨਗੇ, ਨਹੀਂ ਤਾਂ ਅਸੀਂ ਅਦਾਲਤ ਦਾ ਕੁੰਡਾ ਖੜਕਾਵਾਂਗੇ। ਅਸੀਂ ਮਾਨਹਾਨੀ ਦਾ ਜਿਹੜਾ ਕੇਸ ਹੈ ਚੈਨਲਾਂ ਉੱਪਰ, ਸਾਰਿਆਂ ਚੈਨਲਾਂ ਦੇ ਉੱਪਰ ਕਰਾਂਗੇ, ਜਿਹਨਾਂ ਚੈਨਲਾਂ ਨੇ ਇੱਕ ਸਾਲ ਪਹਿਲਾਂ ਵੀ ਸਾਡੀ ਵੀਡੀਓ ਪਾਈ ਉਹ ਸਾਰੇ ਚੈਨਲ ਸਾਡੇ ਕੋਲ ਪ੍ਰੂਫ ਹੈ, ਇਸ ਤਰ੍ਹਾਂ ਸਾਡੇ ਕੋਲ ਇਕੱਠੇ ਨੇ, ਸਭ 'ਤੇ ਮਾਨਹਾਨੀ ਦਾ ਕੇਸ ਅਸੀਂ ਕਰਾਂਗੇ। ਗੁਰਪਿਆਰਿਓ, ਪੰਜਾਬ ਦੇ ਵਿੱਚ ਇਹ ਮਾੜਾ ਦੌਰ ਕਦੇ ਖਤਮ ਨਹੀਂ ਹੋਇਆ। ਖਾਲਿਸਤਾਨ ਨੂੰ ਹਮੇਸ਼ਾ ਅੱਤਵਾਦ ਦੇ ਨਾਲ ਜੋੜਿਆ ਗਿਆ ਹੈ, ਪਰ ਖਾਲਿਸਤਾਨ ਖਾਲਸੇ ਦੀ ਉਹ ਪਾਕ ਧਰਤੀ ਹੈ ਜਿਸ ਦੀ ਇੱਛਾ ਹਰ ਸਿੱਖ ਕਰਦਾ ਹੈ, ਜਿਸ ਨੂੰ ਸਿੱਖ ਆਪਣਾ ਹੋਮਲੈਂਡ ਵੀ ਕਹਿੰਦੇ ਨੇ। ਪਰ ਹਾਂ, ਅਗਰ ਆਪਣਾ ਸਿੱਖ ਹੋਮਲੈਂਡ ਤੁਸੀਂ ਲੈਣਾ ਵੀ ਚਾਹੁੰਦੇ ਹੋ ਤਾਂ ਉਸਦੇ ਬਹੁਤ ਸਾਰੇ ਲੀਗਲ ਅਤੇ ਕਾਨੂੰਨੀ ਰਸਤੇ ਹੈ ਨੇ, ਜਿਨ੍ਹਾਂ ਨੂੰ ਇਖਤਿਆਰ ਕਰ ਅਸੀਂ ਕਾਨੂੰਨ ਦੇ ਵਿੱਚ ਰਹਿ ਕੇ ਆਪਣੇ ਹੱਕ ਮੰਗ ਸਕਦੇ ਹਾਂ। ਇਸ ਕਰਕੇ ਅਸੀਂ ਆਪਣੇ ਚੈਨਲ ਵੱਲੋਂ ਹਰ ਕਿਸੇ ਨੂੰ ਇਹੀ ਅਪੀਲ ਕਰਦੇ ਹਾਂ ਕਿ ਕੋਈ ਵੀ ਅਜਿਹਾ ਕਾਰਜ ਨਾ ਕੀਤਾ ਜਾਵੇ ਜਿਸ ਦੇ ਨਾਲ ਕਿਸੇ ਦੇ ਵੀ ਉੱਤੇ ਕੋਈ ਵੀ ਆਂਚ ਆਵੇ, ਅਤੇ ਮੀਡੀਆ ਦਾ ਵੀ ਆਪਣਾ ਫਰਜ਼ ਬਣਦਾ ਹੈ ਕਿ ਸੱਚਾਈ ਅਤੇ ਇਮਾਨਦਾਰੀ ਦੇ ਨਾਲ ਖਬਰਾਂ ਨਸ਼ਰ ਕੀਤੀਆਂ ਜਾਣ, ਕਿਸੇ ਬੇਗੁਨਾਹ ਨੂੰ ਅੱਤਵਾਦੀ ਘੋਸ਼ਿਤ ਨਾ ਕੀਤਾ ਜਾਵੇ, ਕਿਉਂਕਿ ਅਜਿਹੀਆਂ ਖਬਰਾਂ ਹੀ ਇੱਕ ਸਿੱਧੇ ਸਾਧੇ ਨੌਜਵਾਨ ਨੂੰ ਅੱਤਵਾਦੀ ਬਣਨ 'ਤੇ ਮਜਬੂਰ ਕਰਦੀਆਂ ਨੇ। ਜੇ ਵਿਚਾਰ ਚੰਗੇ ਲੱਗੇ ਹੋਣ, ਵੀਡੀਓ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ, ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ 'ਚ ਤੁਸੀਂ ਵਿਅਕਤ ਕਰ ਹੀ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।